ਚਾਚਾ ਜੀ, ਤਾਇਆ ਜੀ, ਤਿੰਨ ਭੂਆ ਜੀ ਸਾਰੇ ਇੰਗਲੈਂਡ ਰਹਿੰਦੇ ਸੀ। ਘਰਦਿਆਂ ਦਾ ਸੀਗਾ ਕਿ ਇੰਗਲੈਂਡ ਜਾ ਤਾਂ ਸੈੱਟ ਹੋ ਜਾਓ ਵੀ ਆਪਾਂ, ਜਦੋਂ ਸਾਰੇ ਹੁੰਦੇ ਹੀ ਆ। ਫਿਰ ਕੁਦਰਤੀ ਛੋਟੇ ਬ੍ਰਦਰ ਦਾ ਰਿਸ਼ਤਾ ਇੱਥੇ ਹੋ ਗਿਆ ਵਿਆਹ। ਫਿਰ ਆਪਣਾ ਭਰਾਵਾਂ ਦਾ ਚਲੋ ਬਹੁਤ ਪਿਆਰ ਆ ਸਾਡਾ ਤਾਂ, ਉਹਨਾਂ ਦਾ ਸੁੱਖਾ ਤਾਂ ਮੇਰਾ। ਅਤੇ ਫਿਰ ਮੇਰੇ ਦਿਲ 'ਚ ਵੀ ਹੋਇਆ ਕਿ ਆਪਾਂ ਇੱਥੇ ਕੈਨੇਡਾ ਚੱਲੀਏ ਅਤੇ ਉੱਥੇ ਜਾ ਕੇ ਇਕੱਠੇ ਭਰਾ ਕੰਮ ਕਰ ਲਾਂਗੇ। ਵੀ ਆ ਟਰੱਕਾਂ ਦਾ ਤਾਂ ਸੋਚਿਆ ਹੀ ਨਹੀਂ ਸੀ ਕਦੀ ਵੀ ਇਹ ਵੀ ਕੋਈ ਬਿਜ਼ਨਸ ਬਣ ਜੂਗਾ ਲਾਈਫ 'ਚ। ਅਤੇ ਮੇਰਾ ਸੀਗਾ ਇੱਥੇ ਆ ਕੇ ਨਾ ਆਪਾਂ ਕੋਈ ਪੰਪ ਲੈ ਲਾਂਗੇ, ਕੋਈ ਗਰੋਸਰੀ ਸ਼ੋਪ ਖੋਲ੍ਹ ਲਾਂਗੇ, ਕੋਈ ਟਰੱਕਾਂ ਦਾ ਨਹੀਂ ਸੀ। ਅਤੇ ਫਿਰ ਰੱਬ ਨੇ ਜਿੱਦਾਂ ਉਧਰੋਂ ਲੈ ਕੇ ਜਾਣਾ ਹੁੰਦਾ ਆ। ਬਾਕੀ ਇੱਥੇ ਨਾ ਸਾਰਿਆਂ ਦੀ ਜ਼ਿੰਦਗੀ 'ਚ ਟਰੱਕਾਂ ਨੇ ਬਹੁਤ ਸਕਸੈਸ ਪਾਈ ਆ, ਮੇਰੀ ਇਕੱਲੇ ਦੀ ਨਹੀਂ, ਸਾਰਿਆਂ ਦੀ ਜ਼ਿੰਦਗੀ 'ਚ ਜਿੰਨੇ ਵੀ ਇੱਥੇ ਕੈਨੇਡਾ 'ਚ ਵਸਦੇ ਬੰਦੇ। ਟਰੱਕਾਂ ਦਾ ਕਾਫੀ ਵਧੀਆ ਕੰਮ ਆ, ਫਿਰ ਮਾਲਕ ਨੇ ਆਪਾਂ ਨੂੰ ਵੀ ਇੱਧਰ ਨੂੰ ਲਾ ਲਿਆ। ਫਿਰ ਹੌਲੀ ਹੌਲੀ ਅੱਜ ਹੋਰ, ਕੱਲ੍ਹ ਹੋਰ, ਪਰਸੋਂ, ਜਿੱਦਾਂ ਯਾਰ ਵੀ ਬਹੁਤ ਰੱਬ ਨੇ ਵਧੀਆ ਦਿੱਤੇ। ਕਿਸੇ ਸਕਸੈਸ ਦੇ ਪਿੱਛੇ ਨਾ ਇਕੱਲੇ ਬੰਦਾ ਯੋਗਦਾਨ ਨਹੀਂ, ਸਾਰੀ ਟੀਮ, ਪਹਿਲਾਂ ਤਾਂ ਸਾਰੇ ਪਰਿਵਾਰ ਨੇ ਬਹੁਤ ਸਹਿਯੋਗ ਦਿੱਤਾ। ਅਤੇ ਫਿਰ ਸਾਡੇ ਦੋ ਭਰਾਵਾਂ ਦੀ ਤਾਂ ਜਿੱਦਾਂ ਕਾਫੀ ਮਾਲਕ ਇੱਦਾਂ ਹੀ ਰੱਖੇ, ਮੈਂ ਤਾਂ ਕਹਿੰਦਾ ਮਰਦੇ ਦਮ ਤੱਕ ਵੀ ਇੱਦਾਂ ਹੀ ਰਹੇ ਸਾਡੇ ਭਰਾਵਾਂ ਦਾ ਪਿਆਰ। ਉਹਨੇ ਕਦੀ, ਮੈਂ ਉਹਨੂੰ ਨਹੀਂ ਕਦੀ ਨਾ ਬਾਲੀ ਕਰਦਾ ਅਤੇ ਉਹ ਮੈਨੂੰ ਨਹੀਂ ਕਰਦਾ। ਜਿੱਦਾਂ ਨਾ ਭਾਅ ਜੀ ਆਪਾਂ ਪਹਿਲਾਂ ਜਦੋਂ ਆਏ ਸੀ ਇੱਥੇ ਆ ਕੇ, ਕੁਦਰਤੀ ਗੱਲ ਆ, ਪਹਿਲੇ ਦਿਨ ਤੋਂ ਹੀ ਆਪਾਂ ਕਿਸੇ ਨੂੰ ਪੈਸੇ ਹੀ ਨਹੀਂ ਪੁੱਛੇ, ਘਾਟੇ ਵੀ ਜਿੰਨੇ ਮਰਜ਼ੀ ਪੈ ਗਏ ਤਾਂ ਵੀ ਦਿਮਾਗ ਹੀ ਇੱਦਾਂ ਦਾ। ਅਤੇ ਮੈਂ ਨਾ ਉਹ ਕੱਪੜੇ ਪ੍ਰੈਸ ਕਰਨ ਦਾ ਕੰਮ ਆਉਂਦਾ ਸੀ, ਉਹ ਮੈਂ ਨਾ ਇੱਥੇ ਚੱਲ ਗਿਆ ਅਤੇ ਉਹ ਕਹਿੰਦਾ ਮੈਂ ਕੁਛ ਪੁੱਛਿਆ ਹੀ ਨਾ, ਉਹਨੇ ਦੋ ਉਹਦੇ ਨੋਟ ਜਿਹਾ ਇਕੱਠੇ ਕਰੇ, ਮੈਂ ਜੇਬ 'ਚ ਪਾ ਤੇ, ਉਹ ਹਜੇ ਵੀ ਮੇਰੇ ਕੋਲ ਪੇ ਪਈ ਆ। ਉਹ ਘਰ ਆ ਕੇ ਨਾਲੇ ਮੈਂ ਕਿਹਾ ਯਾਰ ਆਏ ਤਾਂ ਸੀ, ਵਾਧੇ ਨੂੰ ਪੈਣ ਡਿਆ ਆ, ਕੀ ਕਿਹੜੇ ਪਾਸੇ ਨੂੰ ਤੁਰੇ ਆ। ਅਤੇ ਸਾਡੇ ਮਾਸੜ ਜੀ ਆ ਮੇਰੇ ਤੋਂ ਛੋਟੇ ਦੇ ਸਹੁਰਾ ਸਾਹਿਬ, ਉਹ ਨਾ ਮੈਂ ਬੜਾ ਉਦਾਸ ਹੈ, ਉਹ ਕਹਿੰਦਾ ਪੁੱਤਰਾ ਕਾਹਦੀ ਕਿਉਂ ਐਵੇਂ ਉਦਾਸ ਆ, ਚੱਕ ਦਿਆਂਗੇ ਫੱਟੇ। ਚਲੋ ਖੈਰ ਇੱਦਾਂ ਹੁੰਦੇ ਇੱਕ ਮਾਪਿਆਂ ਦੇ ਹੌਸਲੇ। ਅਤੇ ਫਿਰ ਅੱਜ ਹੋਰ ਕੱਲ੍ਹ, ਫਿਰ ਆਪਾਂ ਪਹਿਲਾ ਟਰੱਕ ਲੈ ਲਿਆ ਕਿਉਂਕਿ ਛੋਟੇ ਨੇ ਲਾਇਸੈਂਸ ਲੈ ਲਿਆ ਮੇਰੇ ਆਉਣ 'ਤੇ। ਫਿਰ ਇੱਕ ਹੌਸਲਾ ਜਿਹੜਾ ਨਾ ਫਾਈਨੈਂਸ਼ੀਅਲ ਆ, ਉਹ ਇੱਕ ਬੰਦਾ ਤਾਂ ਨਹੀਂ ਕੁਛ ਕਰ ਸਕਦਾ, ਦੋਵਾਂ ਦਾ ਜ਼ਰੂਰੀ ਆ, ਕਿਉਂਕਿ ਇੱਕ ਕੁਛ ਕਰੂਗਾ ਅਤੇ ਦੂਜਾ ਘਰ ਤੋਰੂਗਾ। ਇੱਦਾਂ ਦੇ ਸਰਕਮਸਟੈਂਟਸ ਆਉਂਦੇ ਪਹਿਲਾਂ ਟਰੱਕ ਲੈ ਲਿਆ। ਫਿਰ ਆਪਾਂ ਦੋ ਮਹੀਨਿਆਂ ਬਾਅਦ ਦੂਜਾ ਟਰੱਕ ਲੈ ਲਿਆ। ਫਿਰ ਹਜੇ ਮਹੀਨਾ ਨਹੀਂ ਸੀ ਪੂਰਾ ਹੋਇਆ, ਮੇਰਾ ਟਰੱਕ ਪਲਟ ਗਿਆ ਬੜਾ ਰਿਹਾ, ਜਿੱਦਾਂ ਵੀ ਜੋ ਕਿਸਮਤ ਦਾ। ਫਿਰ ਆਪਾਂ ਸੱਤਾਂ ਮਹੀਨਿਆਂ 'ਚ ਜੀ ਪੰਜਾਂ ਮਹੀਨਿਆਂ 'ਚ ਆਪਾਂ ਸੱਤ ਟਰੱਕ ਲਏ। ਅਤੇ ਫਿਰ ਮਾਲਕ ਨੇ ਪਿੱਛਾ ਮੁੜ ਕੇ ਨਹੀਂ ਆਪਾਂ ਦੇਖਿਆ। ਫਿਰ ਅੱਜ ਹੋਰ, ਕੱਲ੍ਹ ਹੋਰ, ਆਟੋਬਾਨ ਖੋਲ੍ਹ ਲਈ, ਦੋ ਟਰੱਕਾਂ ਨਾਲ ਸਟਾਰਟ ਕੀਤੀ ਸੀ। ਅਤੇ ਫਿਰ ਹੁਣ ਬੜਾ ਰਹਿਮਤ ਆ, ਆਪਣੇ ਕੋਲ 1100 ਟ੍ਰੇਲਰ ਹੋਣਾ ਇੱਦਾਂ ਦਾ, ਅਤੇ 650 ਟਰੱਕ ਆ ਆਟੋਬਾਨ 'ਚ, ਅਤੇ ਆਪਣੇ ਕੋਲ ਰੀਫਰ ਆ, ਹੋਊਗਾ 200 ਰੀਫਰ ਹੋਣਾ, 225 ASL ਵਿੱਚ। ਅਤੇ ਫਿਰ ਆਪਾਂ ਹੁਣ ਟੈਂਕਰਾਂ ਦਾ ਕੰਮ ਸਟਾਰਟ ਕੀਤਾ, ਉਹ 'ਚ ਵੀ ਹੈਗੇ ਆ 50-60 ਟੈਂਕਰ। ਜਿੱਦਾਂ ਨਾ ਆਪਣੇ ਕੋਲ 950,000 ਡਰਾਈਵਰ ਹੋਊਗਾ, ਮੈਂ ਕਾਊਂਟ ਨਹੀਂ ਕਰਦਾ ਵੀ 50 ਵੱਧ ਗਿਆ ਤਾਂ। ਇੱਕ ਵਾਰੀ ਮੈਂ ਬਾਰਡਰ 'ਤੇ ਚੱਲ ਗਿਆ, ਮੈਂ ਤੁਹਾਨੂੰ ਸ਼ੁਕਲ ਦੀ ਗੱਲ ਦੱਸਦਾ, ਮੈਂ ਸਟਾਰਟ ਕੀਤਾ ਕਿੰਨੇ ਟਰੱਕ ਆ, ਕਹਿੰਦੇ ਤੇਰੇ ਕੋਲ, ਮੈਂ ਕਿਹਾ 250, ਮੈਂ 250 ਤੋਂ ਸਟਾਰਟ ਕੀਤਾ, 450 ਤੋਂ ਲੈ ਗਿਆ। ਉਹ ਕਹਿੰਦੇ ਤੂੰ ਟਰੱਕਰ ਦੀ ਕੇਅਰ ਨਹੀਂ ਕਰਦਾ, ਤੂੰ 50-50 ਇੱਦਾਂ ਵਧਾਉਣ ਡਿਆ ਜਿੱਦਾਂ ਗਾਜਰ ਮੂਲੀਆਂ ਹੁੰਦੇ ਆ। ਮੈਂ ਕਿਹਾ ਨਹੀਂ ਸੋਰੀ, ਮੈਂ ਸਟਾਰਟ ਹੀ ਇੱਥੋਂ ਕੀਤੇ ਆ, ਐਕਚੁਅਲ ਹੈ ਹੀ ਨਹੀਂ ਆ। ਅਤੇ ਉਹ ਹੀ ਬਸ ਜਿੱਦਾਂ ਇਹ ਹੈਗੀਆਂ ਸਾਰੀਆਂ ਉਹਦੀਆਂ ਰਹਿਮਤਾਂ, ਆਪਣਾ ਆਪਾਂ ਤਾਂ ਇੱਕ ਅੰਗੂਠਾ ਛਾਪ ਬੰਦੇ ਆ, ਕੀ ਦੱਸੀਏ। ਉੱਦਾਂ ਹੀ ਮਨ ਦੇ ਵਿੱਚ ਨਾ ਆਇਆ ਵੀ ਇੱਕ ਨਾ ਇੱਥੇ ਇੱਕ ਜਿੱਦਾਂ ਵੀ ਆਹ ਵੀ ਟਰੱਕ ਟਰਾਲੀ ਲਿਆ ਜਾਵੇ,
ਅਤੇ ਆਪਣਾ ਕਲਚਰ ਕਾਇਮ ਕੀਤਾ ਜਾਵੇ। ਅਤੇ ਇੱਕ ਮੈਨੂੰ ਹੋਰ ਸੀਗਾ ਜਿੱਦਾਂ ਵੀ ਨਗਰ ਕੀਰਤਨ 'ਤੇ ਲੈ ਕੇ ਜਾਇਆ ਕਰੀਏ, ਟ੍ਰੈਕਟਰ ਟਰਾਲੀ ਬਣਾਈਏ, ਬਸ ਐਸੇ ਹੀ ਗੱਲੋਂ। ਹੋਰ ਆਪਾਂ ਕਿਹੜਾ ਇੱਥੇ ਕੋਈ ਗੱਠੇ ਢੋਣੇ ਆ ਹੁਣ, ਰੱਬ ਨੇ ਇੰਨੇ ਦੇ ਆ ਗੱਡੇ ਬਖਸ਼ ਦਿੱਤੇ ਵੱਡੇ ਵੱਡੇ, ਤਾਂ ਇਹ ਸ਼ੌਂਕ ਹੀ ਸੀ ਬਸ। ਇਹ ਸਾਰਾ ਪ੍ਰੋਜੈਕਟ ਤਿਆਰ ਕਰਦੇ ਨੂੰ ਨਾ ਮੈਨੂੰ 4 ਸਾਲ ਲੱਗ ਗਏ ਹੋਣਗੇ। ਜਿੱਦਾਂ ਮੈਂ ਇੱਕ ਵਾਰੀ ਇੱਦਾਂ ਮੈਂ ਗਿਆ, ਮੈਂ$1,000 ਦੇ ਆਇਆ ਟਰੈਕਟਰ ਦਾ, ਹੋਰ ਟਰੈਕਟਰ ਦਾ ਜਿੱਦਾਂ ਵੀ ਮੈਂ ਡਿਪੋਜ਼ਿਟ ਦਿਆ ਸੁੱਖੇ ਨੂੰ, ਮੈਂ ਕਿਹਾ ਆਹ ਟਰੈਕਟਰ ਲੈ ਲਿਆ। ਭਾਅ ਜੀ ਕੀ ਹੋਰ ਤਰ੍ਹਾਂ ਦਾ ਲੈ ਆਇਆ? ਕਹਿੰਦਾ ਕੋਈ ਚੱਜ ਦਾ ਲੈ ਲਾ ਬਈ, ਹੋਰ ਵਧੀਆ ਪੈਸੇ ਖਰਚ ਅਤੇ ਜਿਹਦਾ ਚੱਲਿਆ ਘੱਟ ਹੋਵੇ। ਫਿਰ ਮੈਂ ਸ਼ੁਰੂ ਹੋ ਗਿਆ ਬਈ ਉਹ 1,000 ਮੈਂ ਕਿਹਾ ਰੱਖ ਅਤੇ ਬਈ ਤੂੰ ਰੱਖ ਲਾ, ਕੋਈ ਨਹੀਂ ਅਸੀਂ ਲੈਣਾ ਨੀਗਾ। ਫਿਰ ਇਹ ਅਹਾਇਓ ਤੋਂ ਆਪਾਂ ਨਾ, ਵੈਸੇ ਪਾਵਰ ਵੱਡੀ ਆ, ਮੈਂ ਉੱਦਾਂ 3600 ਆਪਣੇ ਸ਼ੌਂਕ ਲਈ ਲਿਖਾਇਆ ਆ ਇਹ, ਅਤੇ ਫਿਰ ਮੈਂ ਆਪਾਂ ਨਾ ਇਹ 760 ਘੰਟੇ ਸਾਰਾ ਚੱਲਿਆ ਆ। ਆ ਟਾਇਰ ਆਪਾਂ ਇੱਦਾਂ ਦੇ ਉੱਥੇ ਪਏ ਆ ਸਰ, ਜਿੱਦਾਂ ਬਹੁਤ ਸ਼ੌਂਕ ਹੀ ਵੀ ਖੱਦੀ ਜੇ ਨਾ ਹੋਣ, ਸੋਹਣਾ ਲੱਗੇ, ਅਤੇ ਉੱਥੋਂ ਲੈ ਆਉਂਦਾ ਅਤੇ ਲਿਆ ਕੇ ਫਿਰ ਆਪਾਂ ਆਹ ਮਰਗਾੜ ਛਤਰੀ ਏਅਰ ਕਲੀਨਰ ਸਾਰਾ ਕੁਛ ਇੰਡੀਆ ਤੋਂ ਮੰਗਾਇਆ, ਬੰਪਰ ਅਤੇ ਟਰਾਲੀ, ਅਤੇ ਟਰਾਲੀ ਮਤਲਬ 4.5 ਲੱਖ, 4.5 ਲੱਖ ਖਰਾ 4 ਰੁਪਏ ਪਤਾ ਇੰਨੇ ਕੁ ਦੀ, ਮਤਲਬ ਕਿ 5 ਲੱਖ ਦੀ ਇੰਨੋ ਸਮਥਿੰਗ ਨਾ, ਆਪਾਂ ਇਹ ਜਕ ਜੁਕ ਜਿਹਾ ਇਹਦੇ ਥੱਲੇ ਲਵਾਇਆ ਸੀ, ਅਤੇ ਆਪਾਂ ਕਿਹਾ ਵੀ ਉਹ ਧੁਰੇ ਰਹਿਣ ਦੇ, ਉਹ ਆਪਣੇ ਕੋਲ ਇੱਥੇ ਆਪਾਂ ਚਾਹੁੰਦੇ ਨਹੀਂ ਐਕਸੀਡੈਂਟ ਹੋਵੇ ਸਾਡੇ ਕਦੇ ਟਰੱਕ ਦਾ, ਪਰ ਹੋ ਜਾਂਦੇ ਆ 5-7 ਸਾਲ ਬਾਅਦ, ਸਾਲ 'ਚ ਇੱਕ ਹੋ ਜਾਂਦੇ। ਚਲੋ ਕੀ ਕਰਨਾ, ਮਾਲਕ ਦੀ ਜੋ ਵੀ ਉਹਦੀ ਰਹਿਮ 'ਚ ਰਹਿਣਾ ਪੈਣਾ, ਜੋ ਵੀ ਉਹਨੂੰ ਭਾਗਾਂ 'ਚ, ਅਤੇ ਫਿਰ ਉਹ ਆਪਾਂ ਧੁਰੇ ਉਹ ਲਾ ਲਏ, ਅਤੇ ਇੱਥੇ ਟਰਾਲੀ ਬਾਈ ਸ਼ਿਪ ਮੰਗਵਾ ਲਈ। ਉਹ ਜਿਹੜਾ ਸਾਰਾ ਇਹ ਖਰਚਾ ਨਾ ਸੁੱਖੇ ਨੂੰ ਹੀ ਪਤਾ, ਵੈਸੇ ਰਫਲੀ ਜਿਹਾ ਹੋ ਗਿਆ ਹੋਊਗਾ $20,000-25,000, ਮੈਨੂੰ ਇੰਨਾ ਕੁ ਪਤਾ ਵੀ ਉਹ ਬਾਈ ਸ਼ਿਪ ਕਾਰ ਦੇ ਆ ਡਿਊਟੀ ਦੇ ਆਹ ਦੇ, ਅਤੇ 4.5-4 ਲੱਖ ਦਾ ਉੱਥੋਂ ਡਾਲਾ ਆਇਆ ਸੀ, ਬਾਕੀ ਆ ਸਾਰਾ ਜਿੱਦਾਂ ਵੀ ਪਾਉਣ 'ਤੇ ਲਾ ਲਓ। ਜਿੱਦਾਂ ਨਾ ਮੈਂ ਕਈ ਵਾਰੀ ਬਹੁਤ ਵਾਰੀ ਸੋਚਦਾ, ਇਨਸਾਨ ਜਿੰਨਾ ਮਰਜ਼ੀ ਉੱਚੀਆਂ ਅੱਡੀਆਂ ਕਰਕੇ ਫੋਟੋ ਖਿਚਾ ਲੈ, ਜੇ ਪਿੱਛੇ ਖੜ੍ਹਾ ਰੱਬ ਨੇ ਮਹਾਰਾਜੇ ਬਣਾਉਣਾ ਨਾ, ਉਹ ਬਣਾ ਕੇ ਹੀ ਰਹਿਣਾ ਆ, ਕੋਈ ਕੁਦਰਤ ਕੋਈ ਚੇਂਜ ਨਹੀਂ ਕਰ ਸਕਦੀ। ਪਰ ਉਹਦੇ ਵਿੱਚ ਇਹ ਕਿ ਤੁਸੀਂ ਸੱਚੇ ਹੋਵੋ, ਤੁਹਾਡੀ ਕਮਾਈ ਸੱਚੀ ਹੋਵੇ, ਤੁਹਾਡੀ ਮਤਲਬ ਹਰ ਤੁਹਾਨੂੰ ਆਪਣੇ ਆਪ ਦੀ ਕਮਾਈ 'ਤੇ ਪ੍ਰਾਊਡ ਹੋਵੇ ਕਿ ਜੋ ਵੀ ਮੈਂ ਕੀਤਾ ਆ ਉਹਦੇ 'ਚ ਕੋਈ ਵੀ ਛਲਬਲ ਨਹੀਂ ਹੈਗਾ, ਅਤੇ ਫਿਰ ਰੱਬ ਭਾਗ ਬਹੁਤ ਲਾਉਂਦਾ। ਅਤੇ ਮੈਂ ਤਾਂ ਇਹੀ ਦੇਖਿਆ ਕਿ ਜਿੱਥੇ ਵੀ ਗਏ ਉਹ ਜਿੱਦਾਂ ਵੀ ਮੈਂ ਤਾਂ ਉਹਦਾ ਇੱਕ ਚਾਕਰ ਹਾਂ, ਜੇ ਜੋ ਵੀ ਬਣਿਆ ਆ ਇਹ ਉਹਨੇ ਬਣਾਇਆ, ਮੈਨੂੰ ਉਹਨੇ ਕਲਮ ਦਿੱਤੀ ਆ, ਮੈਂ ਹਮੇਸ਼ਾ ਹੀ ਇਹ ਕੀਤਾ ਆ ਵੀ ਜੇ ਰੱਬਾ ਮੈਨੂੰ ਕਲਮ ਦਿੱਤੀ ਹੈ, ਕਲਮ 'ਚ ਕੋਈ ਗਲਤ ਫੈਸਲਾ ਨਾ ਹੋ ਜਾਵੇ।